ਪੰਜਾਬੀ ਐਕਟਰ ਹਰੀਸ਼ ਵਰਮਾ ਦੇ ਫੈਨਸ ਲਈ ਵੱਡੀ ਅਪਡੇਟ ਆਈ ਸਾਹਮਣੇ ਜੀ ਹਾਂ ਹਾਲ ਹੀ ਦੇ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਹਰੀਸ਼ ਵਰਮਾ ਦੀ ਆਉਣ ਵਾਲੀ ਪੰਜਾਬੀ ਫਿਲਮ ਦਾ ਟਾਈਟਲ ਟਰੈਕ ਜਲਦੀ ਹੀ ਰਿਲੀਜ਼ ਹੋਵੇਗਾ ਦਰਅਸਲ ਇਹ ਅਪਡੇਟ ਰਿਲੇਟਡ ਹੈ ਹਰੀਸ਼ ਵਰਮਾ ਤੇ ਸ਼ਰਨ ਕੌਰ ਦੇ ਜਿਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਨਾਮ ਹੈ ਡਰਾਮੇ ਵਾਲੇ ਸੋ ਫਿਲਮ ਦਾ ਨਾਮ ਹੀ ਇਹ ਦਿਖਾਉਂਦਾ ਹੈ ਕਿ ਫਿਲਮ ਡਰਾਮਾ ਕਰਨ ਵਾਲੇ ਲੋਕਾਂ ਦੇ ਉੱਤੇ ਬੇਸਡ ਹੈ ਯਾਨੀ ਕਿ ਜੋ ਫਿਲਮ ਡਰਾਮਾਸ ਪਰਫਾਰਮ ਕਰਦੇ ਨੇ ਡਰਾਮਾ ਕਰਦੇ ਨੇ ਜਾਂ ਰ ਐਕਟਿੰਗ ਯਾ ਡਰਾਮਾ ਦੀ ਦੁਨੀਆ ਦੇ ਨਾਲ ਜੁੜੇ ਹੋਏ ਨੇ ਸੋ ਇਸ ਫਿਲਮ ਦਾ ਟਾਈਟਲ ਤੇ ਇਹੀ ਰਿਵੀਲ ਕਰ ਰਿਹਾ ਲੇਕਿਨ ਬਾਕੀ ਦੀਆਂ ਚੀਜ਼ਾਂ ਸਾਨੂੰ ਟ੍ਰੇਲਰ ਦੇਖਣ ਤੋਂ ਬਾਅਦ ਪਤਾ ਲੱਗਣਗੀਆਂ ਲੇਕਿਨ ਫਿਲਹਾਲ ਇਸ ਫਿਲਮ ਦੇ ਰਿਲੇਟਡ ਖਾਸ ਅਪਡੇਟ ਇਹ ਹੈ ਕਿ ਇਸ ਫਿਲਮ ਦਾ ਟਾਈਟਲ ਟਰੈਕ ਜਲਦੀ ਹੀ ਰਿਲੀਜ਼ ਹੋਣ ਵਾਲਾ ਹੈ ਜੀ ਹਾਂ ਡਰਾਮੇ ਵਾਲੇ ਫਿਲਮ ਦਾ ਟਾਈਟਲ ਟਰੈਕ ਅੱਜ 5 ਵਜੇ ਰਿਲੀਜ਼ ਹੋ ਜਾਵੇਗਾ ਤੇ ਦੱਸ ਦਈਏ ਕਿ ਇਸ ਗੀਤ ਨੂੰ ਗਾਇਆ ਹੈ ਨਵੀ ਸਰਾ ਨੇ ਇਸ ਗੀਤ ਦੇ ਲਿਰਿਕਸ ਨੂੰ ਲਿਖਿਆ ਬਲਜੀਤ ਚੁੰਬਰ ਨੇ ਤੇ ਦੱਸ ਦਈਏ ਕਿ ਇਸ ਫਿਲਮ ਦੇ 뮤직 ਨੂੰ ਬਣਾਇਆ ਸਵਾ ਤੇ ਡੈਨੀ ਨੇ ਦੱਸ ਦਈਏ ਕਿ ਕੰਪੋਜੀਸ਼ਨ ਦਾ ਕ੍ਰੈਡਿਟ ਵੀ ਸੁਆਸ਼ ਨੂੰ ਜਾਂਦਾ ਹੈ ਤੇ ਡੈਨੀ ਨੂੰ ਜਾਂਦਾ ਹੈ ਤੇ ਦੱਸ ਦਈਏ ਕਿ ਇਸ ਟਾਈਟਲ ਟਰੈਕ ਨੂੰ ਵੇਖਣ ਲਈ ਲੋਕ ਕਾਫੀ ਜ਼ਿਆਦਾ ਐਕਸਾਈਟਡ ਨੇ ਕਿਉਂਕਿ ਹਾਲੀ ਦੇ ਵਿੱਚ ਇਸ ਫਿਲਮ ਦੇ ਵਿੱਚੋਂ ਆਰਟਿਸਟ ਦੀਆਂ ਲੁਕਸ ਵੀ ਰਿਵੀਲ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਦਰਸ਼ਕ ਦੇਖਣਾ ਬੇਹੱਦ ਪਸੰਦ ਕਰ ਰਹੇ ਨੇ ਸੋ ਇਸ ਲੁਕਸ ਤੋਂ ਬਾਅਦ ਦਰਸ਼ਕ ਫਿਲਮ ਨੂੰ ਵੇਖਣ ਲਈ ਵੀ ਕਾਫੀ ਜ਼ਿਆਦਾ ਐਕਸਾਈਟਡ ਨੇ ਸੋ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਇਸ ਦੇ ਨਾਲ ਹੀ ਜੇਕਰ ਡਰਾਮੇ ਵਾਲੇ ਫਿਲਮ ਦੇ ਕ੍ਰੈਡਿਟਸ ਦੀ ਗੱਲ ਕਰੀਏ ਇਸ ਫਿਲਮ ਦੇ ਵਿੱਚ ਸਾਨੂੰ ਹਰੀਸ਼ ਵਰਮਾ ਤੇ ਸ਼ਰਨ ਕੌਰ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਦੇ ਨਾਲ ਹੀ ਇਹ ਵੀ ਦੱਸਦੀ ਕਿ ਡਰਾਮੇ ਵਾਲੇ ਫਿਲਮ ਦੇ ਵਿੱਚ ਸਾਨੂੰ ਹੋਰ ਵੀ ਕਈ ਵੱਡੇ ਚਿਹਰੇ ਨਜ਼ਰ ਆਉਣ ਵਾਲੇ ਨੇ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਹੋਰ ਵੀ ਕਈ ਵੱਡੇ ਆਰਟਿਸਟ ਸਾਨੂੰ ਇਸ ਫਿਲਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ ਫਿਲਮ ਦਾ ਨਵਾਂ ਪੋਸਟਰ ਵੀ ਹਾਲ ਹੀ ਦੇ ਵਿੱਚ ਮੇਕਰਸ ਦੇ ਵੱਲੋਂ ਰਿਵੀਲ ਕੀਤਾ ਗਿਆ ਜਿਸ ਨੂੰ ਦਰਸ਼ਕ ਕਾਫੀ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਫਿਲਮ ਦੇ ਲਈ ਆਪਣੀ ਐਕਸਾਈਟਮੈਂਟ ਵੀ ਜ਼ਾਹਰ ਕਰ ਰਹੇ ਨੇ ਇਫ ਸੇ ਮਹੀਨੇ ਰਿਲੀਜ਼ ਹੋਣ ਵਾਲੀ ਹੈ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਫਿਲਮ ਦੇ ਵਿੱਚ ਸਾਨੂੰ ਹਰੀਸ਼ ਵਰਮਾ ਤੇ ਸ਼ਰਨ ਕੌਰ ਤੋਂ ਇਲਾਵਾ ਸਰਦਾਰ ਕਮਲ, ਸੁਖਵਿੰਦਰ ਚਾਹਲ, ਰੂਬੀ ਅਨਮ, ਮਲਿਕ ਆਸੀਫ ਇਕਬਾਲ, ਕੈਸਰ ਪ੍ਰਿਆ, ਹਨੀ ਅਲਬੇਲਾ ਵਰਗੇ ਕਈ ਆਰਟਿਸਟ ਨਜ਼ਰ ਆਉਣ ਵਾਲੇ ਨੇ। ਫਿਲਮ ਦੇ ਪ੍ਰੋਡਿਊਸਰ ਨੇ ਜਸਕਰਨ ਸਿੰਘ ਤੇ ਕੋ-ਪ੍ਰੋਡਿਊਸਰਸ ਨੇ ਵਿਕਾਸ धवन, ਸੰਜੀਵ ਕੁਮਾਰ, ਰਾਜਵਿੰਦਰ ਕੌਰ ਤੇ ਅਜ਼ਰ ਬੱਟ। ਦੱਸਦੀ ਕਿ ਇਸ ਫਿਲਮ ਦੀ ਕਹਾਣੀ ਨੂੰ ਚੰਦਰ ਕੰਬੋਜ ਦੇ ਵੱਲੋਂ ਲਿਖਿਆ ਗਿਆ ਤੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਗਿਆ ਚੰਦ ਕੰਬੋਜ ਤੇ ਉਪਿੰਦਰ ਰੰਦਾਵਾ ਦੇ ਵੱਲੋਂ ਫਿਲਮ ਨੂੰ ਪ੍ਰੈਜ਼ੈਂਟ ਕਰ ਰਹੇ ਨੇ ਗਿਲ ਮੋਸ਼ਨ ਪਿਕਚਰਸ ਐਂਡ ਜਸਕਰਨ ਸਿੰਘ ਸੋ ਗਿਲ ਮੋਸ਼ਨ ਪਿਕਚਰਸ ਤੇ ਜਸਕਰਨ ਸਿੰਘ ਦੇ ਬੈਨਰ ਹੇਟ ਰਿਲੀਜ਼ ਹੋਵੇਗੀ ਹਰੀਸ਼ ਵਰਮਾ ਤੇ ਸ਼ਰਨ ਕੌਰ ਲੀਡਿੰਗ ਫਿਲਮ ਡਰਾਮੇ ਵਾਲੇ ਸੋ ਕਿੰਨੇ ਐਕਸਾਈਟਡ ਹੋ ਇਸ ਫਿਲਮ ਨੂੰ ਵੇਖਣ ਲਈ ਕਮੈਂਟ ਏਰੀਆ ਚ ਜ਼ਰੂਰ ਦੱਸਿਓ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਨਾ ਹੀ ਪੋਲੀਵੁੱਡ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ